अस्सलाम वालेकुम या अली मदद। सारे सब्सक्राइब मेरे जितने भी चैनल ते हैं, जितने मेरे व्यूवर हैं, अल्लाह पाक उन्होंने खुश रखे। आज असी एक ऐसी शख्सियत के नाल इंटरव्यू कर सकते हैं जिन्हों का एक क्लिप असी दिता है और बहुत ही वायरल होया है। वो जाकिर साहब का नाम है जी, बशीर हुसैन मालिक साहब, हाफिज़ मुहम्मद अली के शागिर्द हैं। तो उन्होंने कोल असी कोई हाफिज़ साहब के बारे च गल्लां पुछदा हैं, कोई उन्होंने जिंदगी के बारे च गल्लां पुछदा हैं। अगर इंटरव्यू साडा तुहानू अच्छा लगे तो साडे चैनल ते सबसक्राइब करे और ज़्यादा से ज़्यादा शेयर करे और कमेंट्स के विच सानू इस इंटरव्यू के बारे च दसना है। तुसीं मेहरबानी मालिक साहब, तुहाडा एक क्लिप वायरल होया पूरे पाकिस्तान विच, ठीक है। वो कसीदा तुसीं पढ़ते पे हो जिहड़ा दुश्मन अली दा है, उहदी अम्मा बिल्कुल ठीक नहीं, ये जुमला तुहाडे मूँह च निकल गया या बोल गया या तुसीं शायरी इस हिसाब की कीती है कि वह जुमला जिहड़ा है तुहाडा वायरल हो गया? अज मोमिन रल के सारे आखो अतजाम विलायत पी के, जड़ा दुश्मन पीर अली दा है उंदी अम्मा जी नहीं ठीक है। सर गुजारिश है जी, ना कोई शहरी है ना ही कोई उस टाइम जश्न दे मौका है जी, जी वजह तो क्योंकि जश्न बंदे नूं खुशी करनी चाहिए जी। ਅਤੇ ਆਮ ਜਸ਼ਨ ਨਾਲ ਜਸ਼ਨ ਜਨਾਬ ਅਮੀਰ ਅਲ ਮੋਮਿਨੀਨ ਹੈ ਜੀ। ਜੇ ਗੱਲ ਬਣੀ ਇਮਾਮ ਹੁਸੈਨ ਬਾਦਸ਼ਾਹ ਕਾ ਜੀ, ਤਾਂ ਉਸ ਵਕਤ ਜੋ ਆਜ਼ਾਦਾਰ ਸੀ ਨਾ ਜੀ, ਉਹ ਇੰਨ ਬੈਠੇ ਹਨ ਕਿ ਮਰੋ ਆਉਂਦੇ ਇਹਨਾਂ ਦੇ ਜਿੰਦ ਸਾਹੀ ਕੋਈ ਨਹੀਂ। ਅੱਛਾ, ਅਤੇ ਜਸ਼ਨ ਵਿੱਚ ਹਮੇਸ਼ਾ ਜਦ ਤੱਕ ਬੰਦਾ ਖੁਸ਼ ਨਾ ਹੋਵੇ ਜਸ਼ਨ ਨਹੀਂ ਹੁੰਦਾ। ਆਪਣੇ ਖੁਸ਼ੀ ਵਿੱਚ ਬੰਦਾ ਬੜਾ ਕੁਛ ਕਰਦਾ ਜੀ, ਹੱਦ ਤੋਂ ਜ਼ਿਆਦਾ ਖੁਸ਼ੀ ਮੰਨਦਾ। ਅਤੇ ਉਹਨਾਂ ਦਾ ਜਸ਼ਨ ਹੈ ਜਿਹੜੇ ਕਾਇਨਾਤ ਦੇ ਵਾਰਿਸ ਹਨ ਜੀ, ਜਿਹਨਾਂ ਦੇ ਦਰਵਾਜ਼ਿਆਂ ਤੋਂ ਨਬੀ ਪਿੰਦਾ ਹੈ। ਤਾਂ ਉਹ ਮੈਂ ਆਪਣੀ ਜ਼ਿਹਨੀ ਤੌਰ 'ਤੇ ਜੀ ਉਹ ਮੈਂ ਗੁਜ਼ਾਰਿਸ਼ ਕੀਤੀ ਹੈ ਮਖਾ ਸਰਕਾਰ ਦੇ ਜਸ਼ਨ ਵਿੱਚ ਐਸਾ ਕੋਈ ਲਫ਼ਜ਼ ਜੁਮਲਾ ਬੋਲੀਏ ਜਿਸ ਵਿੱਚ ਸਾਰੇ ਮੋਮਿਨ ਖੁਸ਼ ਹੋਵੇ। ਸਰਕਾਰ ਦੀ ਤਰਫੋਂ ਮੈਨੂੰ ਇਨਾਮ ਮਿਲ ਸੀ ਜੀ, ਦੇਖੋ ਜੀ ਵਜ੍ਹਾ ਤੁਮਾਂ ਕਿੱਧਰ 'ਤੇ ਬਕਾਇਆ ਜਨਾਬ ਜੋ ਹੈ ਨਾ ਜੀ, ਮੈਂ ਜੀ ਹਾਫਿਜ਼ ਸਾਹਿਬ ਦੇ ਸ਼ਾਗਿਰਦਾਂ ਜੀ, ਨਾ ਮੇਰੇ ਭਾਈ ਖਾਨ ਸਾਹਿਬ ਬੜੇ ਨਸਰ ਕਰ ਚੁੱਕੇ ਨੇ, ਬਸ਼ੀਰ ਹੁਸੈਨ ਜੀ ਅਤੇ ਖੁਸ਼ਬੂ ਹੈ ਹਾਫਿਜ਼ ਮੁਹੰਮਦ ਅਲੀ ਅਤੇ ਉਹਨਾਂ ਦੀ ਮਿਹਰਬਾਨੀ ਹੈ ਮੇਰੇ ਬਹੁਤ ਮੋਹਸਿਨ ਜੀ, ਬਹੁਤ ਮੌਲਾਨਾ ਹਸਨ ਖਾਨ ਨੇ ਇਸ ਤੋਂ ਜ਼ਿਆਦਾ ਤਰੱਕੀ ਅਤਾ ਫਰਮਾਇਆ। ਅੱਛਾ, ਇਹ ਦੱਸੋ ਬਸ਼ੀਰ ਮਾਲਿਕ ਸਾਹਿਬ ਕਿ ਤੁਸੀਂ ਮੁਹੰਮਦ ਅਲੀ ਸਾਹਿਬ ਦੇ ਅੱਗੋਂ ਸ਼ੱਕਰ ਰੱਖੀਏ ਕਿਹੜੇ ਸਾਹਮਣੇ 'ਚ ਰੱਖੀ ਆ ਜੀ? ਸਰ ਉਹ ਗੁਜ਼ਾਰਿਸ਼ ਸਾਨੂੰ ਤਾਂ ਯਾਦ ਨਹੀਂ ਜੀ, ਅਸੀਂ ਬੈਠੇ ਹਾਂ ਜਨਾਬ ਮਲਿਕ ਅਤਾ ਸਾਂਪੀ ਆ ਜੀ, ਉੱਥੇ ਦੇ ਰਹੇ ਸੀ ਜੀ ਸਹੀ ਹਾਫਿਜ਼ ਸਾਹਿਬ ਸਫ਼ਰ ਤੋਂ ਆਏ ਸਿੰਧ ਤੋਂ ਮਰਮ ਪੜ ਸੀ। ਅੱਛਾ ਜੀ, ਅਤੇ ਉਹਨਾਂ ਮੇਰੇ ਕੋਲ ਸੁਣਿਆ ਜੀ ਹੁਸੈਨ ਬਾਦਸ਼ਾਹ ਦਾ ਦੌੜ ਜੀ ਸਹੀ, ਤਾਂ ਉਹਨਾਂ ਆਖਿਆ ਵਾਕਿਆ ਠੀਕ ਹੈ ਤੂੰ ਹਾਫਿਜ਼ ਸਾਹਿਬ ਨਾਲ ਚੱਕਰ ਰੱਖਣਾ ਅਤੇ ਹਾਫਿਜ਼ ਸਾਡਾ ਆਪਣਾ ਘਰ ਦਾ ਪੁੱਤਰ ਹਾਫਿਜ਼ ਬਣਾਇਆ ਹੀ ਮੈਂ ਜੀ ਸਹੀ। ਉਹ ਵਾਪਸ ਵੱਲੇ ਜੀ ਉਹਨਾਂ ਸ਼ਬਕਤ ਕੀਤੀ ਆਪਣੇ ਕੋਲੋਂ ਨਜੀਬ 100 ਰੁਪਏ ਕੱਢਿਆ ਜੀ, ਅਤੇ ਉਹ ਚੱਕਰ ਵੀ ਮੈਂ ਆਉਂਦੀ ਲੈ ਕੇ ਬੈਠਿਆ ਸੀ ਹਾਫਿਜ਼ ਸਾਹਿਬ ਦੇ ਕੋਲ ਚੱਕਰ ਰੱਖੀ ਜੀ। ਉਹ ਜ਼ਿਆਦਾਤਰ ਉਹਨਾਂ ਦੇ ਨਾਲ ਮੈਂ ਜਿਹੜਾ ਨਾ ਤੁਰਿਆ ਕੰਮ ਆ ਜੀ, ਅਤੇ ਉਹਨਾਂ ਦੀ ਇਹ ਦੁਆ ਆਈ ਬਸ ਤੂੰ ਜੇ ਨਾਮਵਰ ਨਾ ਬਣਿਆ ਤਾਂ ਆਪਣੇ ਜੋਗਾ ਟੁੱਕਰ ਮੇਰਾ ਨਾਂ ਲੈ ਕੇ ਖਾ ਸਕਦੇ। ਉਹਨਾਂ ਦੀ ਵਜ੍ਹਾ ਤੋਂ ਅਸੀਂ ਟੁੱਕਰ ਖਾਂਦੇ ਪਏ ਹਾਂ ਜੀ, ਅਤੇ ਭਾਈ ਹਸਨ ਸਾਹਿਬ ਦੇ ਅਸਾਂ ਬਹੁਤ ਮਸ਼ਹੂਰ ਆ ਕਿ ਉਹਨਾਂ ਸਾਡੇ ਇਹ ਇਲਤਜਾ ਮਨਜ਼ੂਰ ਕੀਤੇ ਅਤੇ ਉਹਨਾਂ ਬਹੁਤ ਸ਼ਬਕਤ ਪਰ ਕਰਦੇ ਹਨ ਮੌਲਾ ਇਮਾਮ ਹੁਸੈਨ ਉਹਨਾਂ ਨੇ ਇਸ ਤੋਂ ਜ਼ਿਆਦਾ ਰੱਖਿਆ। ਤਮਾਮ ਮੋਮ ਸੁਣਨੇ ਵਾਲੋਂ ਕੋ ਜ਼ਾਹਰ ਪਾਕ ਜ਼ਾਹਰਾ ਦੀ ਦੁੱਖੇ ਪਾਸ ਦਾ ਸਦਕਾ ਮੌਲਾਨਾ ਨੂੰ ਬਹੁਤ ਰੱਖੀ ਹਾਲਾ ਲੱਗਾ ਇਲਾਜਾ। ਅੱਛਾ, ਇਹ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਮੁਹਰਮ ਪੜ੍ਹਦੇ ਹਾਂ? ਮੁਹਰਮ ਤਾਂ ਮੈਂ ਤਕਰੀਬਨ ਕਾਫੀ ਪੜ੍ਹ ਹੋ ਸਕਦਾ ਜੀ 15-20 ਮੁਹਰਮ ਇਸ ਤੋਂ ਜ਼ਿਆਦਾ ਹੋ ਸਕਦਾ ਜੀ, ਲੇਕਿਨ ਉਹ ਗੁੰਮ ਨਾਮੀ ਨਹੀਂ ਬਣਿਆ। ਅੱਛਾ, ਪੜ੍ਹਿਆ ਤਾਂ ਮੈਂ ਕਾਫੀ ਹੈ ਜੀ, ਅਤੇ ਗੁੰਮ ਨਾਮੀ ਉਹ ਨਾਮ ਐਸਾ ਮੇਰੇ ਨਾਲ ਕੋਈ ਐਸਾ ਮਿਹਰਬਾਨ ਕੋਈ ਨਾ ਜਿਵੇਂ ਜਨਾਬ ਹੁਣ ਖਾਨ ਸਾਹਿਬ ਹੁਣ ਮਿਹਰਬਾਨੀ ਅੱਜ ਕਰਦੇ ਪਏ ਹੋ। ਅੱਛਾ, ਇਹ ਦੱਸੋ ਕਿ ਕਿੰਨਾ ਅਰਸਾ ਹੋ ਗਿਆ ਇਹ ਹੁਣ ਜਿਹੜਾ ਮੁਹਰਮ ਆ ਰਿਹਾ, ਇਹ ਕਿਤਵਾਂ ਮੁਹਰਮ ਹੈ ਤੁਹਾਡਾ? ਇਹ ਸਾਡਾ ਮੁਹਰਮ ਤਕਰੀਬਨ 20 ਮੁਹਰਮ ਹੈ। ਅੱਛਾ, 20 ਸਾਲ ਹੋ ਗਏ।
ਅੱਛਾ ਜੀ, ਤੇ ਇਹ ਦੱਸੋ ਕੋਈ ਆਪਣੇ ਗੱਡੀ ਛੱਡੀ ਹੈ ਤੁਹਾਡੀ? ਇਹ ਤੇ ਗੱਡੀ ਹੀ ਹੈ ਜੀ। ਅੱਛਾ, ਆਪਣੀ ਹੈ ਗੱਡੀ? ਨਹੀਂ ਆਪਣੀ ਦਾਤ ਤਾਂ ਨਹੀਂ, ਤੇ ਤੁਸਾਂ ਦੇ ਇੱਕ ਦੋਸਤ ਹੀ ਹੈ ਜੀ, ਉਹ ਮਤਲਬ ਰਹਿਣ ਸਹਿਣ ਤੇ ਚਲੋ ਉਹਦੇ ਨਾਲ ਜੀ ਹੈ ਜੀ ਉਹ ਆਪਰੇਟ ਕਰਦਾ ਜੀ ਹੈ ਜੀ। ਤੇ ਮਕਾਨ ਤੁਹਾਡਾ ਆਪਣਾ ਹੈ ਕਿਰਾਏ ਤੇ? ਜੀ ਮਕਾਨ ਆਪਣਾ। ਕਿੱਥੇ ਰਿਹਾ ਸ਼ੇ ਤੁਹਾਡੀ? ਬਸ ਦਰਗਾਮ ਸ਼ਹਿਰ ਵਾਲੀ ਗੱਡੀ ਹੈ ਜੀ, ਕੱਚਾ ਮੁਲਤਾਨ ਰੋਡ ਹੈ ਜੀ। ਅੱਛਾ, ਨਵਾਬ ਸਹੀ ਜੰਗ ਸ਼ਹਿਰ ਹੈ ਜੀ, ਕੱਚਾ ਰੋਡ ਹੈ ਮਦੀਨਾ ਟਾਊਨ ਵਾਲੀ ਗੱਲੀ ਸਹੀ। ਅਤੇ ਮਾਲਕ ਸਾਹਿਬ ਬੱਚੇ ਤੁਹਾਡੀ ਸ਼ਾਦੀ ਹੋਈ ਹੈ? ਸ਼ਾਦੀ ਵੀ ਹੈ ਜੀ। ਅੱਛਾ, ਬੱਚੇ ਹਨ ਜੀ? ਬੱਚੇ ਦਾ ਅੱਗਾ ਕੀ ਮੁਸਤਕਬਿਲ? ਬੱਚਾ ਜੀ, ਬੱਚੇ ਦਾ ਕੀ ਮੁਸਤਕਬਿਲ ਲੱਗਾ? ਉਹਨੂੰ ਜ਼ਾਕਿਰ ਬਣਾਇਆ ਸੋ ਜਾਂ ਪੜ੍ਹਿਆ ਸੋ ਲਿਖਿਆ ਸੋ? ਨਹੀਂ ਜੀ, ਉਹਦੀ ਮੁਕੱਦਰ ਦੀ ਬਾਤ ਤੇ ਹਾਲੀ ਉਹ ਦਾਵੀਂ ਕਲਾਸ ਪੜ੍ਹਦਾ ਪਿਆ ਜੀ। ਅੱਛਾ, ਮਾਸ਼ਾ ਅੱਲਾ। ਉਹ ਅੱਜ ਕੱਲ੍ਹ ਦੀ ਮੁਕੱਦਰ ਦੀ ਬਾਤ ਜ਼ਾਕਿਰ ਬਣਿਆ ਤੇ ਭਾਵੇਂ ਰੋਲ ਕੇ ਖਮਸੀ ਦੇ ਬਣੋ ਜੋ ਉਹਦਾ ਆਪਣੇ ਪਾਕ ਦਾਰਾ ਮਿਹਰਬਾਨੀ ਕਰ ਜੀ, ਅਗਰ ਬਣ ਗਿਆ ਤਾਂ ਠੀਕ ਹੈ ਜੀ, ਨਾ ਬਣਿਆ ਤਾਂ ਆਪਣੇ ਮਤਲਬ ਘਰੇਲੂ ਕੰਮ ਤਾਂ ਨਹੀਂ ਜੀ। ਹਾਂ ਚਲੋ, ਕੋਈ ਗੱਲ ਮੋਮਨਾ ਵਾਸਤੇ ਕੋਈ ਗੱਲ ਮੈਸੇਜ ਦੇਣਾ ਚਾਹੁੰਦੇ ਹੋ? ਇਹ ਕਰੋਨਾ ਦੀ ਵਜ੍ਹਾ ਤੋਂ ਕੋਈ ਜਲੂਸ ਅਤੇ ਕੋਈ ਆਖਰਾਂ ਪਾਬੰਦੀਆਂ ਲੱਗ ਰਹੀਆਂ ਨੇ ਜਾਂ ਕੋਈ ਗੱਲਬਾਤ? ਉਹ ਕਿਆ ਮੈਸੇਜ ਦੇਗਾ ਪਤਾ ਲੱਗੇ ਨਾ ਬਈ, ਦੁਆ ਕਰਨੀ ਹੁੰਦੀ ਹੈ ਹੋਰ ਕੋਈ ਮਸਲਾ ਨਹੀਂ? ਬੰਦੇ ਆਖਰਾਂ ਜਲੂਸ ਨਹੀਂ ਨਿਕਲਨੇ ਜਾਂ ਕੋਈ ਆਜ਼ਾਦਾਰੀ ਨਹੀਂ ਹੋਣੀ ਉਹਦੇ ਬਾਰੇ 'ਚ? ਉਹ ਸਾਰਾ ਆਜ਼ਾਦਾਰੀ ਤਾਂ ਜਿਹੜੀ ਹੈ ਨਾ ਜੀ ਅੱਜ ਦੀ ਨਹੀਂ, ਇਹ ਤਾਂ ਆਜ਼ਾਦਾਰੀ ਉੱਦਾਂ ਹੀ ਬੜੀ ਕਰਦੇ ਹਨ ਜਿੱਦਾਂ ਹਜ਼ਰਤ ਇਮਾਮ ਹੁਸੈਨ ਦੇ ਵਕਤ ਬੱਚੇ ਦਿੰਦੇ ਹਨ ਜੀ, ਬਾਜ਼ੂ ਕਟਾਉਂਦੇ ਹਨ ਆਪਣਾ ਮਤਲਬ ਦੇ ਕੇ ਵੀ ਸਰਕਾਰ ਦੇ, ਅਤੇ ਜਿਹੜੇ ਬੰਦੇ ਹਲਾਲਿਤ ਹਨ ਨਾ ਜੀ ਉਹ ਕਦਾਂ ਹੀ ਵੀ ਰੁਕ ਨਾ ਰੁਕਾਵਟ ਕਰ ਸੀ, ਇੱਦਾਂ ਨਾਲ ਕਰੇ ਸੀ ਕੋਈ ਉੱਥੇ ਹਰਾਮੀ ਬੰਦਾ ਕਰ ਸੀ ਬੇਸ਼ੱਕ, ਜੈਸੇ ਸ਼ੱਕ ਕੋ ਸੀ ਜੀ, ਇਹ ਉਹ ਹੁਸੈਨ ਨੇ ਜਿੱਦਾਂ ਖੁਦ ਖਾਲਿਕ ਮਮਨੂਨ ਨੇ ਜੀ ਪੂਰੀ ਕਾਇਨਾਤ, ਅਗਰ ਹੁਸੈਨ ਨੂੰ ਦੱਸੇ ਇਹ ਜਿਹੜੇ ਹੁਣ ਮੁਖਾਲਫਤ ਕਰ ਰਹੇ ਹਨ ਇਹ ਕਿੱਥੋਂ ਖਾਮੀ ਨਾ ਜੀ, ਰਾਮ ਰਾਮ ਹੋਵੇ ਜੀ ਹਰ ਬੰਦੇ ਨੂੰ, ਨਾ ਕੋਈ ਜੀ ਦਾ ਪਤਾ ਨਾ ਬਹਿਣ ਦਾ ਪਤਾ ਜੀ, ਕਿਸੇ ਗੱਲ ਦਾ ਹੀ ਪਤਾ ਨਾ ਵਜੇ ਇੱਕ ਬਹਿਸ ਹੁਸੈਨ ਜੈਨ ਵੱਢ ਕਰ ਦਿੱਤੀ ਹੈ ਜੀ ਇਹ ਬਹਿਣ ਇਹ ਮਾਂ ਹੈ। ਅੱਛਾ, ਉਹ ਕਸੀਦਾ ਤੁਸੀਂ ਸਾਨੂੰ ਦੋ ਮਿਸਰੇ ਜਾਂ ਦੋ ਫਿਕਰੇ ਸੁਣਾ ਸਕਦੇ ਹੋ ਜਿਹੜਾ ਉਹ ਪੜ੍ਹਿਆ ਹੈ ਤੁਸੀਂ ਦਰਬਾਰ ਗੌਰ ਸ਼ਾਹ? ਉਹ ਸਰ ਇਸ ਲਈ ਤਾਂ ਯਾਦ ਨਹੀਂ, ਉਹ ਦਿਨ ਮੈਂ ਬਦਲ ਕੋਈ ਹੋਰ ਆਖ ਕੇ ਤੁਸੀਂ ਸੁਣਾ ਦਿੰਦੇ ਹਾਂ। ਚਲੋ ਕੋਈ ਸੁਣਾ ਦਿਓ। ਮੁਸ਼ਕਲਾਂ ਦੇ ਅੰਦਰ ਹਰ ਜਗ੍ਹਾ ਪਹੁੰਚਦਾ ਕੌਣ ਯਾ ਖੁਦਾ, ਵੇਖਿਆ ਯਾ ਅਲੀ ਵੇਖਿਆ, ਮੁਸ਼ਕਲਾਂ ਦੇ ਅੰਦਰ ਹਰ ਜਗ੍ਹਾ ਪਹੁੰਚਦਾ ਹੈ ਖੁਦਾ, ਵੇਖਿਆ ਯਾ ਅਲੀ ਵੇਖ, ਪੂਰੀ ਤਵੱਜੋ ਸਥਾਨਿਤ ਗੌਰ, ਮੁਸ਼ਕਲਾਂ ਦੇ ਅੰਦਰ ਹਰ ਜਗ੍ਹਾ ਪਹੁੰਚਦਾ ਯਾ ਖੁਦਾ, ਵੇਖਿਆ ਯਾ ਅਲੀ ਵੇਖਿਆ, ਹਰ ਜ਼ਮਾਨੇ ਅੰਦਰ ਹਰ ਦਿਹਾਜਤ ਰਵਾ, ਯਾ ਖੁਦਾ ਵੇਖਿਆ ਯਾ ਅਲੀ ਵੇਖਿਆ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਬਹੁਤ ਅੱਛੇ। ਅੱਲਾ ਪਾਕ ਤੁਹਾਨੂੰ ਰੰਗ ਬਖਤ ਲਾਵੇ। ਜ਼ਿਆਦਾ ਤੋਂ ਜ਼ਿਆਦਾ ਨਿਆਜ਼ ਕਿੰਨੀ ਅੱਜ ਤੱਕ ਤੁਸੀਂ ਲਈ ਹੈ? ਕਿੰਨੀ ਇੱਕ ਮਿਲ ਗਈ ਹੈ ਜ਼ਿਆਦਾ ਤੋਂ ਜ਼ਿਆਦਾ ਨਿਆਜ਼? ਥੋੜ੍ਹੀ ਤੋਂ ਥੋੜ੍ਹੀ ਕਿੰਨੀ ਲਈ ਹੈ ਨਿਆਜ਼ ਤੁਸੀਂ? ਸਰ ਗੁਜ਼ਾਰਿਸ਼ ਹੈ ਜੀ, ਮੈਂ ਕਦੀ ਦੁਕਾਨਦਾਰੀ ਬਣਾਈ ਨਹੀਂ ਜੀ, ਨਾ ਹੀ ਕੁਛ, ਕਿਉਂਕਿ ਮਾੜਾ ਤਾਂ ਨਿਆਜ਼ ਹੈ ਜੀ। ਅਤੇ ਜਿਵੇਂ ਤੁਸੀਂ ਫਰਮਾਉਂਦੇ ਪਏ ਜ਼ਿਆਦਾ ਤੋਂ ਜ਼ਿਆਦਾ ਯਾਨੀ 6-7 ਹਜ਼ਾਰ ਮਿਲ ਜਾਂਦੀ ਹੈ, ਘੱਟ ਤੋਂ ਘੱਟ ਤਾਂ ਮੁੜ ਤੁਸਾਂ ਜੇ ਹੋਵੇ ਤਾਂ ਬੰਦ 10 ਰੁਪਈਏ ਮਿਲ ਜਾਵੇ ਜੀ, ਤਾਂ 1 ਲੱਖ ਜੀ। ਮਗਰ ਨਿਆਜ਼ ਦਾ ਮੈਂ ਕਦੀ ਕੋਈ ਮੁਤਾਲਬਾ ਨਹੀਂ ਕੀਤਾ ਜੀ, ਅਤੇ ਨਾ ਹੀ ਵਕਤ ਕਰਨਾ ਜੀ, ਕਿਉਂਕਿ ਉਸਤਾਦ ਨੇ ਫਰਮਾਇੰਦੇ ਹੁੰਦੇ ਹਨ ਜਦੋਂ ਦੇ ਸਕਦੇ ਹਨ ਜੀ ਕਿ ਬੜੇ ਕਰੀਬ ਹਨ ਜੀ। ਅੱਛਾ, ਜਿਸ ਵੇਲੇ ਦੇ ਮੰਦੇ ਚਾਹੇ ਜੀ, ਅਤੇ ਉਹਨਾਂ ਵੀ ਅੱਜ ਤਾਈਂ ਜਿੱਥੇ ਤਾਈਂ ਮੈਂ ਤਰੇ ਹਾਂ ਜੀ, ਮੈਂ ਨਿਆਜ਼ ਨਾ ਹੀ ਮੁਕਾਈ, ਕਿਉਂਕਿ ਬਾਹਰ ਨਿਆਜ਼ ਜਾਂਦੇ ਹੁਣ ਨਿਆਜ਼ ਦੱਸੋ ਤਾਂ ਸਹੀ ਜੀ ਸਾਰਾ ਕੁਝ, ਉਹ ਤਾਂ ਬਾਹਰੀਆਂ ਦੀ ਮਤਲਬ ਮਜਬੂਰੀ ਤੁਹਾਨੂੰ ਦੱਸਣਾ ਪੈਂਦਾ ਹੈ, 50 ਹਜ਼ਾਰ ਲੈਣਾ 30 ਹਜ਼ਾਰ ਲੈਣਾ ਜੀ, ਬਕਾਇਆ ਜਿਹੜੀ ਹੈ ਮੁਕੱਦਰ ਇੱਥੋਂ ਮਿਲ ਜਾਂਦੀ ਹੈ। ਅੱਛਾ, ਹਾਫਿਜ਼ ਮੁਹੰਮਦ ਅਲੀ ਸਾਹਿਬ ਦੇ ਨਾਲ ਰਹੇ ਹੋ ਤੁਸੀਂ? ਜੀ ਰਹੇ ਹਾਂ ਜੀ। ਕਿੰਨੀ ਇੱਕ ਨਿਆਜ਼ ਲੈਂਦੀਆਂ ਨੇ ਉਹ? ਉਸ ਵੇਲੇ ਉਹ ਲੈਂਦੇ ਹਨ ਹਾਫਿਜ਼ ਸਾਹਿਬ ਖਾਦਮ ਸ਼ਾਹ ਅਤੇ ਹਾਫਿਜ਼ ਸਾਹਿਬ ਅਤੇ ਰਿਆਜ਼ ਮੋਛਾ ਲੱਜੀ, ਉਸ ਵੇਲੇ ਇਹ ਲੈਂਦੇ ਹਨ ਜੀ ਤਕਰੀਬਨ 5-6 ਹਜ਼ਾਰ, ਬੜੀ ਅਰਸੇ ਦੀ ਬਾਤ ਹੈ,
ਜੀ ਹਾਂ। ਅੱਛਾ ਮਾਲਕ ਸਾਹਿਬ, ਇਹ ਦੱਸੋ ਕਿ ਮੁਹਰਮ ਕਿੱਥੇ ਪੜ ਰਹੇ ਹੋ ਤੁਸੀਂ? ਇਹ ਮੁਹਰਮ ਜੀ, ਜੀ ਹਾਂ, ਇਹ ਮੁਹਰਮ ਸਰਕਾਰ ਮੈਂ ਗਿਲਾਨੀ ਬਰਾਦਰੀ ਕੋਲ ਪੜ੍ਹਦੇ ਪਿਆ ਜੀ। ਅੱਛਾ ਜੀ, ਨੂਰਪੁਰ ਸਰਦਾਰ ਜੀ। ਅੱਛਾ ਚੰਗ ਜੀ ਜੀ, ਫਿਲਹਾਲ ਤਾਂ ਇੱਕੋ ਇੱਥੇ ਮੁੜ ਮਾਲਾ ਹੋਰ ਦੇਸ ਜੀ ਕਿਸਮ ਨਾ ਕਿਸਮ। ਠੀਕ, ਅਤੇ ਕੋਈ ਹਾਫਿਜ਼ ਸਾਹਿਬ ਦੀ ਗੱਲ ਯਾਦ ਸੁਣਾ ਦਿਓ, ਕੋਈ ਯਾਦਗਿਰੀ ਗੱਲਬਾਤ ਹਾਫਿਜ਼ ਸਾਹਿਬ ਦੇ ਨਾਲ ਸਫ਼ਰ ਦੇ ਦੌਰਾਨ, ਕੋਈ ਐਸਾ ਬਕੂਆ ਤੁਹਾਨੂੰ ਯਾਦ ਹੋਵੇ ਜਿਹੜਾ ਯਾਦਗਾਰ ਹੋਵੇ? ਸਰ ਗੁਜ਼ਾਰਿਸ਼ ਹੈ ਜੀ, ਯਾਦਗਾਰ ਬਕੂਆ ਹੈ ਜੀ, ਇੱਕ ਦਫ਼ਾ ਅਸਾਂ ਮੀਰਾ ਮਫਰੂਰ ਹੈ ਜੀ ਜਿਹੜੇ ਸਮੈਲ ਖਾਨ ਦੇ। ਅੱਛਾ ਜੀ, ਬਹੁਤ ਬੜਾ ਮਫਰੂਰ ਹੈ ਜੀ, ਇਸ਼ਤਿਆਰੀ ਆਈ, ਇਸ਼ਤਿਆਰੀ ਆਈ ਤੌਰ ਐਡਾ ਇਸ਼ਤਿਆਰੀ ਹੁਣ ਤੁਸੀਂ ਮਤਲਬ ਮੇਰੀ ਹੁਣ ਇਹ ਜਿਹੜੀ ਗੁਫ਼ਤਗੂ ਹੋ ਰਹੀ ਹੈ ਭਾਈ ਸਾਨੂੰ ਕਰਾਰ ਹਨ, ਇਹ ਪੂਰੇ ਮੁਲਕ ਚੱਲਣੀ ਹੈ ਜੀ। ਅਤੇ ਅਸਾਂ ਤੁਹਾਨੂੰ ਮਲੰਗ ਦੇ ਬੰਦਿਆਂ ਕੋਲ ਵੱਜਦਾ ਨਹੀਂ ਜੀ, ਸਹੀ ਹੈ, ਅਤੇ ਨਾ ਹੀ ਇਸ ਮਤਲਬ ਜਿਹੜਾ ਇੰਟਰਵਿਊ ਹੈ ਜੀ, ਇਹਦੇ ਨਾਲ ਮੇਰੀ ਕੋਈ ਜ਼ਾਕਰੀਅਤ ਕਮੀ ਆਉਂਦੀ ਪਈ ਹੈ, ਅਤੇ ਨਾ ਕੁਝ ਰਿਜ਼ਕ ਮਾਲਾ ਦਿੰਦਾ ਪਿਆ, ਦਿਖਾਉਂਦੇ ਪੈਣ ਜੋ ਅਸਾਂ ਦੁਕਾਨਦਾਰੀ ਕਰਾ ਤਾਂ ਇਹ ਕੀਤਾ ਉਹ ਕੀਤਾ, ਨਾ ਨਾ ਜਿਹੜਾ ਕੁਝ ਮਿਲਿਆ ਤਾਂ ਤੁਹਾਨੂੰ ਦੱਸਦੇ ਪਿਆ ਵੀ ਸਾਨੂੰ ਕੋਈ 10 ਰੁਪਏ ਨਿਆਰ ਦੇਵੇ ਤਾਂ ਹੀ ਸਲਾਹ ਲੈਂਦੇ ਹਾਂ। ਜ਼ਾਕਰੀ ਤੋਂ ਇਲਾਵਾ ਹੀ ਕੋਈ ਸ਼ੋਭਾ ਹੈ ਤੁਹਾਡਾ ਕੰਮ ਦਾ? ਨਹੀਂ ਨਹੀਂ, ਹੋਰ ਕੋਈ ਨਹੀਂ, ਸਿਰਫ ਜ਼ਾਕਰੀ। ਅੱਛਾ ਅੱਛਾ, ਮੀਰਾ ਮਫਰੂਰ ਬਹੁਤ ਬੜਾ ਮਫਰੂਰ ਹੈ ਜੀ। ਅੱਛਾ, ਕਿਹੜੇ ਜ਼ਿਲ੍ਹੇ ਦਾ ਜੀ? ਜ਼ਿਲ੍ਹਾ ਤੇਰਾ ਸਮੈਲ ਖਾਨ ਜੀ, ਜਿੱਥੋਂ ਦਾ ਆਇਆ ਤੇਰਾ ਹੈ ਜੀ ਅਤਾਉਲਾ ਜੀ। ਅੱਛਾ ਅੱਛਾ, ਇਸ ਤੋਂ ਕੱਚਾ ਜੀ, ਉੱਥੇ ਬਹਿੰਦੇ ਪਏ ਹੱਟੇ ਮਜਲਿਸ ਜੀ, ਅਤੇ ਰਾਹ ਚੰਦੇ ਪਏ ਸੀ, ਉਸ ਹਾਫਿਜ਼ ਸਾਹਿਬ ਦਾ ਬੜਾ ਬਖਤ ਹੈ ਜੀ, ਸਾਨੂੰ ਮੀਰਾ ਮਿਲ ਗਿਆ ਜੀ। ਅੱਛਾ, ਤਾਂ ਉਸਦੇ ਜਨਾਬ ਜਿਹੜੇ ਆਏ ਨਾ ਉਹ ਵੇਖਣ ਜਾਂ ਉਹਦਾ ਮਤਲਬ ਲਹਿਜਾ, ਉਹ ਚਾਦਰ ਉੜ ਗਿਆ ਸੁਕਾਲੀ ਜੀ, ਅੰਦਰ ਹੁੰਦੇ ਹਥਿਆਰਾਂ ਜੀ। ਅੱਛਾ, ਉਹਦਾ ਕਿਹਾ ਹਾਫਿਜ਼ ਸਾਹਿਬ ਤੂੰ ਜੀ ਦੇਣੇ ਦੀ ਮੈਂ, ਅਤੇ ਇਨਕਾਰ ਜੀ ਸਾਨੂੰ ਇੱਕ ਮਜਲਿਸ ਪੜ੍ਹ। ਅੱਛਾ, ਇਹ ਰੋਡ ਦੇ ਉੱਤੇ ਡਕੇਟੀ ਕਰੂ ਆਈ ਹੋ? ਯਾਨੀ ਉਹ ਪਤਨੇ ਡਕੇਟੀ ਤੇ ਜਾ ਰਿਹਾ ਜੇ ਜਿਹੜਾ ਅਸੀਂ ਪਰ ਆ ਰਿਹਾ ਸੀ ਬਾਂਦੀਆਂ ਦੀ, ਰੋਕਿਆ ਉਸ ਕਾਰ, ਕਾਰ ਰੋਕੀ ਉਹਦੀ, ਉਸੀ ਕਾਰ ਰੋਕੀ ਸਾਹਮਣੇ ਜੀ, ਰੋਕਿਆ ਸੀ ਉਸਤਾਦ ਸਾਹਿਬ ਨੂੰ ਤੱਲਿਆ ਜੀ, ਹੁਣ ਯਾਦ ਤਾਂ ਨਹੀਂ ਤੱਲਿਆ ਜਾਂ ਰੋਕ, ਕਾਰ ਬਾਈਕ ਨੇ ਗੁਫ਼ਤਗੂ ਕੀਤੀ ਗੱਲ ਹੀ ਇਸ ਤਰ੍ਹਾਂ ਦੀ। ਅੱਛਾ, ਉਹਨਾਂ ਆਖਿਆ ਜਾਫਰ ਸਾਹਿਬ ਸਾਨੂੰ ਮਜਲਿਸ ਪੜ੍ਹ, ਅਤੇ ਪੜ੍ਹ ਮਜਲਿਸ ਮਜ਼ਮੂਨ ਹਜ਼ਰਤ ਅੱਬਾਸ ਰੰਬਤਾ, ਮਾਸ਼ਾ, ਕਿਉਂਕਿ ਜਵਾਂ ਮਰਦੀ ਸੁਣਦੇ ਹਨ ਜੀ, ਗਾਜ਼ੀ ਮੌਲਾ ਏਡਾ ਜਵਾਨ ਇੱਥੇ ਇਹ ਕਰਦਾ, ਅਤੇ ਉਹ ਵੀ ਮਤਲਬ ਡਕੇਟ ਆ ਉਹ ਚਾਹੁੰਦਾ ਵੀ ਜਵਾਂ ਮਰਦੀ ਦਾ ਮੇਰੇ ਕੋਲ ਮਜ਼ਮੂਨ ਕੋਈ ਹੋਵੇ, ਉਸਨੂੰ ਬੜਾ ਜਨਾਬ ਅੱਬਾਸ ਦਾ ਸ਼ੌਕ। ਹਾਫਿਜ਼ ਸਾਹਿਬ ਆਖੀ ਮੈਂ ਨਹੀਂ ਪੜ੍ਹ ਸਕਦਾ, ਵੇਲਾ ਨਹੀਂ। ਹਾਫਿਜ਼ ਸਾਹਿਬ ਆਖਿਆ ਕਿ ਮੈਂ ਨਹੀਂ ਪੜ੍ਹ ਸਕਦਾ, ਮੈਂ ਇਸ ਤਰ੍ਹਾਂ ਵੇਲਾ ਨਹੀਂ। ਅੱਛਾ, ਉਹਦਾ ਕਿਹਾ ਹਾਫਿਜ਼ ਸਾਹਿਬ ਤੂੰ ਮੌਲਾ ਹੁਸੈਨ ਦਾ ਜ਼ਾਕਿਰਨ ਜੀ, ਮੇਰੇ ਅੱਗੋਂ ਅੱਜ ਤੱਕ ਦੂਈ ਵਾਰੀ ਗੱਲ ਕਹਿ ਨਹੀਂ ਕੀਤੀ, ਮੈਂ ਮੀਰਾ ਮਫਰੂਰ ਹਾਂ, ਅੱਲਾ ਦਾ ਜਹਾਨ ਮੇਰਾ ਰੰਗਾ ਮੀਰਾ ਮਾ, ਅਤੇ ਉਹ ਨਵਾਂ ਅਸੀਂ ਵੀ ਆਏ ਅਤੇ ਰੋਜ਼ੇਦਾਰ ਇੱਥੇ ਗਰੀਬ ਨਵਾਜ਼ ਦਾ ਕੋਈ ਨਾ, ਇੱਥੇ ਅਖਸਰਾ ਲੜਦਾ ਜੋ ਹਕੂਮਤ ਨਾਲ। ਅੱਛਾ, ਅਬ ਸਾਹਿਬ ਆਖਿਆ ਬਲੋਚ ਆਈ ਜੀ, ਅਤੇ ਮੌਲਾ ਦਾ ਜ਼ਾਕਰੀ ਆਈ ਤੇ ਬੰਬ ਨਾ ਮਰ ਬੰਦਾ ਜੀ, ਉਸ ਆਖਿਆ ਜੀ ਤੂੰ ਮੀਰਾ ਮਫਰੂਰ ਹੈ ਤਾਂ ਮੈਨੂੰ ਹਾਫਿਜ਼ ਮੁਹੰਮਦ ਅਲੀ ਆ। ਅੱਛਾ, ਮੈਂ ਆਪਣੇ ਆਪ ਦਾ ਮੈਨੂੰ ਧਾਰਾਂ ਦੇ ਬੱਚੇ ਬੜਾ ਸਾਥ, ਉਸ ਜਨਾਬ ਉਸ ਚਾਦਰ ਚਲਾ ਆਈ, ਉਸ ਆਖਿਆ ਮੈਂ ਇੱਧਰ ਵੇਖ ਮੈਂ ਖਾਣ ਜੀ। ਅੱਛਾ, ਉਸ ਹਾਫਿਜ਼ ਸਾਹਿਬ ਹੁਣ ਸਾਡੇ ਉਸਤਾਦ ਹਨ ਮਹਾਰਾਜ ਜਿਤਨੇ ਹਨ ਜੀ, ਆਖਿਰ ਬੰਦਾ ਲਰਜ਼ਾ ਬਣਦਾ ਜੀ, ਕਿਉਂਕਿ ਉਸਨੇ ਕੋਈ ਹੇਕ ਦਾ ਹੀ ਕਤਲ ਕਰਿਆ ਤਾਂ ਹੀ ਕੋਈ ਨਾ, ਜੋ ਸੌ ਤਾਂ ਮਾਰਿਆ ਤਾਂ ਹੀ ਉਸ ਵਾਸਤੇ ਕੱਟ ਲੈਂਦਾ। ਅੱਛਾ, ਉਸ ਹਾਫਿਜ਼ ਸਾਹਿਬ ਆਖਿਆ ਜੀ ਮੈਂ ਡਰ ਕੇ ਨਹੀਂ, ਅਤੇ ਮੈਂ ਤਾਬੇਦਾਰ ਹਾਂ ਪੜ੍ਹਨਾ ਜੀ, ਵਗ ਗਿਆ ਸੀ ਜਿਸ ਬੜਾ ਇੰਤਜ਼ਾਮ ਕੀਤਾ ਲੰਗਰ ਸੰਗਰ ਜੀ ਨਾਲ ਲੈ ਗਿਆ ਜੀ, ਅੱਜ ਨਾਲ ਸੜ ਗਿਆ ਜੀ। ਅੱਛਾ, ਤਕਰੀਬਨ ਸੁਬਹ ਸੁਬਹ ਜਿਹੜਾ ਨਾ 8-9 ਮਜਲਿਸ ਪੜ੍ਹਾਈ ਜੀ, ਅਤੇ ਹਾਫਿਜ਼ ਸਾਹਿਬ ਨੂੰ ਉਸ ਵੇਲੇ ਉਸ ਜਨਾਬ ਦਿੱਤਾ 15,000 ਰੁਪਏ। ਮਾਸ਼ਾ, ਇਹ ਖੁਸ਼ਾਮਤ ਨਹੀਂ, ਮੈਂ ਠੀਕ ਹੈ ਮੇਰਾ ਉਸਤਾਦ ਦੇ ਪਿਓ ਹੈ ਜੀ, ਮੈਂ ਕਰ ਹੀ ਸਕਦਾ ਜਿੱਥੇ ਖੁਸ਼ਾਮਤ ਕਰਾਂ, ਮੈਂ ਇੱਧਰ ਗਲਤ ਗੱਲਾਂ ਨਹੀਂ ਕਰਨਗੀਆਂ ਜੀ, ਅਤੇ ਨਾ ਕਰਨੀਆਂ ਜੀ, ਇਹ ਤਾਂ ਬਾਈ ਸਾਹਿਬ ਹੁਣ ਮਿਹਰਬਾਨੀ ਹੈ, ਇੰਟਰਵਿਊ ਲੈਂਦੇ ਪਏ ਮੇਰਾ ਜੀ। ਅੱਛਾ, ਇਹ ਦੱਸੋ ਮਾਲਕ ਸਾਹਿਬ ਜੀ, ਤੁਹਾਡੀ ਲਾਈਫ ਵਿੱਚ, ਤੁਹਾਡੀ ਜ਼ਿੰਦਗੀ ਸਭ ਨਾਲ ਤੁਹਾਡਾ ਪਸੰਦ ਦਾ ਫੇਵਰੇਟ ਜ਼ਾਕਿਰ ਕਿਹੜਾ ਹੈ? ਸਾਡਾ ਜੀ ਭੈਣ ਸਭ ਠੀਕ ਹੈ ਜੀ, ਮੌਲਾ ਤਾਂ ਸਾਰੇ ਜ਼ਾਕਿਰ ਹਨ, ਲੇਕਿਨ ਅਜ਼ਹਰ ਖਾਨ ਪੁੱਤਰ ਮੈਨੂੰ ਜ਼ਾਕਿਰ ਹੀ ਕੋਈ ਮਰੂ, ਅਜ਼ਹਰ ਖਾਨ ਬਲੋਚ ਸਾਹਿਬ ਦੇ ਬੇਟੇ। ਅੱਛਾ, ਕੀ ਵਜ੍ਹਾ ਹੈ? ਉਹਦਾ ਮਕਸਦ ਹੈ ਜੀ ਮੈਂ ਹਲਾਲੀ ਹਾਂ ਜੀ। ਅੱਛਾ, ਖੁਸ਼ਾਮਤ ਨਹੀਂ, ਹੁਣ ਤਾਂ ਜਿਹੜਾ ਬੰਦੇ ਦਾ ਨਾਂ ਤਾਂ ਸੁਣਨ ਜੀ, ਉਹਦੇ ਅੱਗੋਂ ਦੂਏ ਦੇ ਕੋਈ ਪਹਿਲੇ ਦੇ ਕੋਈ ਸ਼ੱਕਰ ਚਾਹ ਕੇ, ਮੁੜ ਦੂਏ ਦੇ ਕੋਈ ਦੂਏ ਦੇ ਕੋਈ
ਇੱਕ ਇੱਕ ਉਸਤਾਦ ਨਹੀਂ ਪੰਜ ਪੰਜ ਉਸਤਾਦ ਹੈ ਸਾਡਾ ਉਸਤਾਦ ਜੀ ਇੱਕ ਹੈ ਜੀ ਅਤੇ ਸਾਨੂੰ ਉਹ ਇਸ ਪਰਵੇਂ ਜੀ ਉਹ ਸਾਗੀ ਹਾਫਿਜ਼ ਮੁਹੰਮਦ ਅਲੀ ਮਿਹਨਤ ਪਸੰਦ ਹੈ ਦੋਵੇਂ ਦਰ ਸ਼ਗਿਰਦਾਂ ਦਾ ਮੈਂ ਜ਼ਿੰਮੇਵਾਰ ਨਹੀਂ ਮੈਂ ਹਲਾਲੀਆਂ ਮੈਂ ਹਰਾਮ ਖਾਣਾ ਨਹੀਂ ਮੈਂ ਹਲਾਲ ਕਰਨਾ ਚਾਹੁੰਦਾ ਨਹੀਂ ਕਾਫੀ ਜ਼ਾਕਰੀਨ ਗੁਜ਼ਰੇ ਨੇ ਬਾਬਾ ਜਿੱਤਣੇ ਕੀ ਜਿੱਤਣੇ ਕੀ ਗੁਜ਼ਰੇ ਨੇ ਅੱਜ ਦੇ ਦੌਰ ਜੀ ਦੋਵੇਂ ਦੇ ਉਸ ਵੇਲੇ ਤਾਂ ਮੇਰਾ ਹਾਫਿਜ਼ ਉਸਤਾਦ ਹੈ ਜੀ ਅਤੇ ਅੱਜ ਦੇ ਦੌਰ ਅਜ਼ਹਰ ਖਾਨ ਤੋਂ ਉੱਤੇ ਮਜ਼ਾਕ ਕਰਨ ਨਹੀਂ ਬਾਅਦ ਮੈਂ ਕੋਈ ਹੈ ਕੋਈ ਵੀ ਕਿਆ ਬਾਤ ਅਤੇ ਮੈਂ ਤਾਂ ਮੋੜੀ ਵੀ ਆਖਣਾ ਭਾਵੇਂ ਮੈਨੂੰ ਇਹ ਬਖਤ ਇਹ ਬੜਾ ਕੁਝ ਜੀ ਹੱਕ ਲਾਲ ਦਾ ਰਿਜ਼ਕ ਮਿਲਦਾ ਜੀ 50 ਮਿਲਦਾ 100 ਮਿਲਦਾ ਜੋ ਕੁਝ ਜੀ ਇਹ ਨਾ ਕਦੀ ਅੱਜ ਤਾਂ ਬੇਇੱਜ਼ਤੀ ਕਰਵਾਈਏ ਕਿਸੇ ਮੈਂਬਰ 'ਤੇ ਜੀ ਨਾ ਕਦੇ ਨਾ ਕੋਈ ਪੜ੍ਹਨ ਦੇਵੇ ਤਾਂ ਉਸਰੂ ਹੁਸੈਨ ਪੁੱਛੀ ਜੀ ਅਤੇ ਪੜ੍ਹਨ ਦੇਵੇ ਤਾਂ ਬੀਬੀ ਪੁੱਛ ਜੀ ਅਤੇ ਮੈਂ ਹਰਾਮੀ ਨਹੀਂ ਮੈਂ ਲਾਲੀਆਂ ਚੱਕਰੀ ਸੀ ਇੱਕ ਬੰਦੇ ਦੇ ਅੱਗੇ ਜੀ ਅੱਜ ਤਾਂ ਨਹੀਂ ਰੱਖੀ ਜੀ ਨਾ ਆਵੇ ਜ਼ਾਕਰੀ ਇਸ ਤੋਂ ਵੱਡਾ ਥੋੜ੍ਹਾ ਇਹ ਨਾਮ ਹੈ ਬਤੂਲ ਦੀ ਜੀ ਦਾ ਜਿਹੜਾ ਅਸੀਂ ਮੈਂਬਰ 'ਤੇ ਖਲੋਨੇ ਆਸਾਨ ਹੈ ਉਹ ਰਮੇਸ਼ ਦੇ ਕੋਈ ਬਸ਼ੀਰ ਮਤਲਬ ਇਹ ਵੇਖਣ ਸਾਨੂੰ ਬੰਦਾ ਹੀ ਉਹ ਜਿਹਾ ਚੰਗਾ ਲੱਗਦਾ ਜਿਹੜਾ ਨੇਕ ਨਿੱਤ ਹੋਵੇ ਜੀ ਹੁਣ ਅਸਾਂ ਕੋਈ ਕਾਸ਼ਾ ਦਿੱਤੀ ਨਹੀਂ ਬੈਠੇ ਜੀ ਅਸਾਂ ਕਾਸ਼ਾ ਸਾਡੀ ਕਿਆ ਜ਼ਰੂਰਤ ਹੈ ਇਹ ਉਹਦੀ ਸ਼ਫਕਤ ਜਿਹੜਾ ਇਹ ਮਿਹਰਬਾਨੀ ਕਰਨ ਦਾ ਪਿਆ ਚਾਰ ਰਫਤ ਕਰਕੇ ਜੀ ਦੁਨੀਆਂ 'ਤੇ ਚੱਲਣ 'ਤੇ ਹਰ ਕਾ ਸੁਣਨਾ ਜੀ ਅਤੇ ਖੜਕਣੇ ਨੇ ਵੀ ਬਾਤੀ ਸੁਣ ਕੇ ਸੁਣ ਲਿਆ ਜੀ ਜੇ ਚੰਗਾ ਤਾਂ ਕਰੇ ਸੀ ਤਾਂ ਮੌਲਤ ਜ਼ਿਆਦਾ ਦੇ ਸੋ ਨਹੀਂ ਤਾਂ ਅੱਲਾ ਇਸ ਤੋਂ ਜ਼ਿਆਦਾ ਲੜੀ ਕਰ ਸਕਦੇ ਅਸਾਂ ਤਾਂ ਮੁੜ ਮਾਤਾ ਡਰ ਕੇ ਨਹੀਂ ਪਿਆਦਾ ਮੈਂ ਤਾਂ ਮੁੜ ਖੋਲ ਕੇ ਪਿਆ ਇਹ ਸਭ ਅਲੀ ਉਨ ਵਲੀਉੱਲਾ ਵਾਲਿਆਂ ਵਾਸਤੇ ਕੋਈ ਤੁਸੀਂ ਮੈਸੇਜ ਕੋਈ ਦੁਆ ਦੁਆ ਹੈ ਜੀ ਜ਼ਹਰਾ ਦਾ ਬੱਚਾ ਹੈ ਅਲੀ ਉਨ ਵਲੀਉੱਲਾ ਜਾਂ ਜਿਸਨੇ ਕਰਦਾਰਦਾਰ ਹੈ ਮੌਲਾ ਇਹਨਾਂ ਨੂੰ ਹੋਰ ਜ਼ਿਆਦਾ ਰਿਜ਼ਕ ਹਲਾਲ ਅਤਾ ਫਰਮਾਏ ਅਤੇ ਇਹਨਾਂ ਦੀ ਨੌਕਰੀਆਂ ਮੌਲਾ ਮਨਜ਼ੂਰ ਫਰਮਾਏ ਇਲਾਇਆ ਬਸ ਇਹ ਇਹਨਾਂ ਦਾ ਹੱਕ ਲਾਲ ਦਾ ਪੈਸਾ ਹੁੰਦਾ ਜੀ ਪਾਕ ਜ਼ਹਰਾ ਹੁਸੈਨ ਬਾਦਸ਼ਾਹ ਦੀ ਮਾਂ ਕਹਿੰਦਾ ਕਰਜ਼ ਨਹੀਂ ਰੱਖਦੀ ਹੁਸੈਨ ਬਾਦਸ਼ਾਹ ਕਹਿੰਦਾ ਕਰਜ਼ ਨਹੀਂ ਰੱਖਦਾ ਇਹ ਮਾਂ ਪੁੱਤ ਉਹਨਾਂ ਨੂੰ ਇਸ ਤੋਂ ਜ਼ਿਆਦਾ ਰਿਜ਼ਕ ਇਲਾਇਆ ਅਤੇ ਖੜਕਣੇ ਵਾਲਾ ਮੌਲਾ ਜਿਹੜਾ ਨਾ ਨਸਲੀਅਤ ਅਦਾ ਕਰਾਇਆ ਜੀ ਕਦੇ ਮਸਕੀਨਾਂ 'ਤੇ ਮਿਹਰਬਾਨੀ ਕਰੇ ਜੀ ਬਸ ਇਨਸ਼ਾਅੱਲਾ ਕਰੇ ਸੀ ਮਿਹਰਬਾਨੀ ਵੀਡੀਓ ਹੁਣ ਸੁਣ ਸੀ ਅਤੇ ਕਰੇ ਸੀ ਜ਼ਰੂਰ ਮਿਹਰਬਾਨੀ ਚਲੋ ਸ਼ੁਕਰੀਆ ਸਾਹਿਬ ਤੁਸੀਂ ਇਹ ਦੱਸੋ ਕਿ ਬਚਪਨ 'ਚ ਆਜ਼ਾਦਾਰੀ ਤੁਸੀਂ ਬੇਤੇ ਆਓ ਮਾਂ ਦੇ ਨਾਲ ਜਾਂ ਜਿਵੇਂ ਦੱਸਦੇ ਨੇ ਕਿ ਵਾਲਦੈਨ ਤੁਹਾਡੇ ਅਹਿਲੇ ਤਸ਼ੀਹ ਹਨ ਜਾਂ ਅਹਿਲੇ ਸੁਨਤ ਹਨ ਅੱਛਾ ਬਚਪਨ 'ਚ ਕਿਹੜੇ ਕਿਹੜੇ ਜ਼ਾਕਰ ਸੁਣੇ ਨਾ ਆਪਣੇ ਬਚਪਨ ਤੁਹਾਡਾ ਕੀ ਹੋ ਜਾ ਗੁਜ਼ਰਿਆ ਜੀ ਬਿਹਤਰੀਨ ਗੁਜ਼ਰਿਆ ਜੀ ਨਾ ਜ਼ਾਕਰ ਹੀ ਬੜਾ ਸੁਣਨ ਜੀ ਵਾਲੇ ਸਾਹਿਬ ਕੀ ਕੰਮ ਕਰਦੇ ਵਾਲੇ ਸਾਹਿਬ ਮਲੰਗਾ ਨਾ ਕਾਸ਼ਤਕਾਰੀ ਅਤੇ ਉਸ ਵੇਲੇ ਬਚਪਨ ਦੇ ਵਿੱਚ ਜ਼ਾਕਰ ਜਿਹੜੇ ਹਨ ਕੌਣ ਕੌਣ ਪੜ੍ਹਦੇ ਹਨ ਮੁਹਰਮ ਕਿੱਥੇ ਸੁਣਦੇ ਹੋ ਕਿਹੜੇ ਇਮਾਮ ਬਾਰਗਾਹ 'ਚ ਤੁਸੀਂ ਹੋਸ਼ ਸੰਭਾਲ ਲਈਏ ਇਹ ਯਾਰ ਕੋਈ ਨਹੀਂ ਜਨਾਬ ਹੁਣ ਸੰਯਮ ਜਿਹੜਾ ਨਾ ਜੀ ਪੁਰਾਣਾ ਮਕਸਦ ਹੈ ਪੁਰਾਣਾ ਜ਼ਾਕਰ ਪੁਰਾਣਾ ਜ਼ਾਕਰ ਮੈਨੂੰ ਕੋਈ ਯਾਦ ਵੀ ਨਹੀਂ ਬੱਟੀ ਸਾਹਿਬ ਸੁਣਿਆ ਤੁਸੀਂ ਹਾਂਜੀ ਬੱਟੀ ਸਾਹਿਬ ਨਹੀਂ ਬੱਟੀ ਸਾਹਿਬ ਲੰਗਾ ਸਾਹਿਬ ਨਾ ਮੈਂ ਸਿਰਫ ਜਨਾਬ ਰਿਆਜ਼ ਸ਼ਾਹ ਸੁਣਿਆ ਜੀ ਅਤੇ ਉਸ ਤੋਂ ਬਾਅਦ ਖਾਦਮ ਬਾਬਾ ਖਾਦਮ ਸਿੰਘ ਸ਼ਾਹ ਜੀ ਗੁਰਚਾਰੋ ਜ਼ਾਕਰ ਬਕਾਇਆ ਤਾਂ ਮੁੜ ਪਿੱਛੇ ਪਿੱਛੇ ਨਹੀਂ ਕਾਫੀ ਜ਼ਾਕਰ ਗੁਜ਼ਰੇ ਨਾ ਕਲੂਰ ਕੋਟ ਵਾਲਾ ਸੁਣਿਆ ਨਾ ਗਿਆਨੀ ਸ਼ਾਹ ਗੁਜ਼ਰਿਆ ਜ਼ਾਕਰ ਕੀ ਬੜਾ ਨਹੀਂ ਉਸਨੇ ਸ਼ੌਂਕ ਹੀ ਕੋਈ ਨਾ ਇਸ ਮਾਸੇ ਮਤਲਬ ਹੈ ਮੌਲਵੀ ਗੁਲਾਮ ਬਾਸ ਨੋਤਕੀ ਆਹੋ ਸੁਣਿਆ ਸੋਹਣਾ ਪੀਰ ਆਹੋ ਸੁਣਿਆ ਅੱਛਾ ਕਾਫੀ ਸਾਰੇ ਤੇ ਸੁਣੇ ਤੇ ਮੁੜ ਤੁਸੀਂ ਯਾਦ ਪਏ ਹੋ ਤੇ ਮੈਂ ਤਕਰੀਬਨ ਵੇਖੋ ਜੀ ਸੁਣੇ ਇਸ ਤਰ੍ਹਾਂ ਹੈ ਜੀ ਇਹਦਾ ਸ਼ੌਂਕ ਨਾ ਕਦੀ ਜਿਹੜਾ ਮਜਲਿਸ ਹੋ ਗਿਆ ਜੀ ਕੋਈ ਆਪਣਾ ਹੋਸ਼ ਸੰਭਾਲਿਆ ਤੇ ਕਿਹੜਾ ਜ਼ਾਕਰ ਤੋਂ ਸੁਣਿਆ ਮੈਂ ਜਨਾਬ ਸਿਰਫ ਹੀ ਆ ਕਾਦਰ ਸ਼ਾਹ ਜੀ ਸ਼ਾਹ